ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਮੋਹਨ ਸਿੰਘ, ਮੈਂ ਇਸ ਬਾਰੇ ਵੈਸੇ ਬਹੁਤਾ ਜਾਣਦਾ ਤਾਂ ਹੈ ਨਹੀਂ ਕਿਉਂਕਿ ਮੈਂ ਆਪਣੇ ਦੋਸਤ ਕੋਲੋਂ ਹੀ ਸੁਣਦਾ ਹੁੰਦਾ ਸੀਗਾ। ਪ੍ਰੋਫੈਸਰ ਮੋਹਨ ਸਿੰਘ ਇੱਕ ਕਾਲਜ ਦਾ ਪ੍ਰੋਫੈਸਰ ਸੀਗਾ। ਇਹਦੀ ਘਰਵਾਲੀ ਦਾ ਨਾਂ ਸਾ ਬਸੰਤ ਕੌਰ। ਉਹਦੀ ਰੰਗ ਕਾਲਾ ਪੱਕਾ ਰੰਗ ਤਾ, ਇਹ ਖੂਬਸੂਰਤ ਪਾਪਾ ਤਾ, ਅਤੇ ਉਹ ਦੱਸੇ ਕਰਦਾ ਸੀਗਾ। ਮੈਂ ਤਾਂ ਵੈਸੇ ਦੇਖਿਆ ਨਹੀਂ ਵਿਚਾਰਾ। ਉਹ ਕਹਿੰਦਾ ਵੀ ਉਹ ਇੰਨੀ ਉਹਦੇ ਵਿੱਚ ਪਿਆਰ 'ਚ ਫਸ ਗਈ, ਜਾਣ ਲੱਗਿਆ ਤਾਂ ਡੱਬੇ ਮੈਂ ਰੋਟੀ ਪਾਉਣੀ, ਸਾਈਕਲ ਸਾਫ਼ ਕਰਨਾ। ਉਦੋਂ ਇਹ ਫਰਿੱਜ ਫਰੁੱਜ ਤਾਂ ਹੁੰਦੇ ਨਹੀਂ ਤੇ, ਘੜਿਆਂ 'ਚ ਪਾਣੀ ਹੁੰਦਾ ਤਾ ਅਤੇ ਮਿੱਟੀ ਦੇ ਤੇਲ ਨਾਲ ਸਟੋਵ ਚੱਲਦਾ ਹੁੰਦਾ ਤਾ। ਜਿਹਦੀ ਕਹਿੰਦਾ ਪ੍ਰਭਾਤ ਫੋਰ ਉਹਦਾ ਨਾਂ ਸੀਗਾ ਸਟੋਵ ਦਾ। ਅਤੇ ਆਉਣਾ ਉਹਨੇ ਮੱਥਾ ਟੇਕ ਕੇ ਆਪਣੇ ਪਤੀ ਨੂੰ ਤੋੜਨਾ, ਜਦੋਂ ਆਉਣਾ ਫਿਰ ਆਦਰ ਸਤਿਕਾਰ ਪੂਰਾ ਕਰਨਾ, ਜਿਸ ਤਰ੍ਹਾਂ ਕਹਿੰਦੇ ਕਿ ਦਰਜੀ ਨੂੰ ਲੀਰ ਪਿਆਰੀ, ਰਾਂਝੇ ਨੂੰ ਹੀਰ ਪਿਆਰੀ, ਭਗਤ ਨੂੰ ਪੂਰੀ, ਮਾਵਾਂ ਨੂੰ ਪੁੱਤ ਪਿਆਰੇ, ਭਗਤ ਪਿਆਰੇ ਰੱਬ ਨੂੰ। ਸਮਾਂ ਪੈ ਗਿਆ ਕੁਛ ਪਰਮਾਤਮਾ ਦੀ ਖੇਡ, ਵਿਛੋੜਾ ਹੁੰਦਾ ਹੀ ਹੈ ਹਰੇਕ ਚੀਜ਼ ਦਾ। ਜਿਹੜੀ ਚੀਜ਼ ਸਾਨੂੰ ਮਿਲੀ ਹੈ ਉਸਨੇ ਇੱਕ ਦਿਨ ਵਿਛੜਨਾ ਕਰ, ਤਾਂ ਉਹ ਵਿਚਾਰੇ ਉਹ ਬਸੰਤ ਕੌਰ ਗੁਜ਼ਰ ਗਈ। ਉਹਨੇ ਫਿਰ ਦੂਸਰਾ ਵਿਆਹ ਕਰਾ ਲਿਆ, ਇੱਕ ਪੜ੍ਹੀ ਲਿਖੀ ਜੈਂਟਲਮੈਨ ਆ ਗਈ। ਤਾਂ ਉਹ ਆਈ ਵੀ ਉਹ ਬੜਾ ਖੁਸ਼, ਕਹਿੰਦਾ ਵੀ ਚਲੋ ਮਿੱਟੀ ਦਾ ਕੁੱਜਾ ਫੁੱਟਿਆ ਅਤੇ ਪਿੱਤਲ ਦੀ ਪਤੀਲੀ ਮਿਲ ਗਈ, ਬੜਾ ਖੁਸ਼। ਪਹਿਲੇ ਦਿਨ 'ਤੇ ਪੜ੍ਹਾ ਕੇ ਆ ਰਿਹਾ ਤਾਂ ਆ ਕੇ ਸਾਈਕਲ ਖੜਾਇਆ, ਕੋਈ ਪਿਆਰ ਨਹੀਂ, ਕੋਈ ਸਤਿਕਾਰ ਨਹੀਂ। ਉਹ ਅੱਗੇ ਛੇਤ 'ਤੇ ਬੈਠੀ ਹੈ, ਉਹ ਪੁੱਛਿਆ, ਕਹਿੰਦਾ ਭਾਗਵਾਨ ਨੇ ਪਾਣੀ ਦਾ ਗਲਾਸ ਦਿੰਦੇ, ਕਹਿੰਦਾ ਇੱਕ ਮੈਨੂੰ ਦੇ ਦੇ, ਇੱਕ ਤੂੰ ਲੈ ਲੈ। ਉਹ ਕਹਿੰਦਾ ਚੱਲ ਕੋਈ ਨਾ, ਕਹਿੰਦਾ ਫਿਰ ਚਾਹ ਬਣਾ ਲੈ, ਦੋ ਕੱਪ ਇੱਕ ਮੇਰੇ ਜੋਗੇ ਬਣਾ ਦੇ। ਕਹਿੰਦਾ ਉਹ ਵੀ ਤੁਸੀਂ ਬਣਾ ਕੇ ਦੇ ਦਿਓ ਮੈਨੂੰ। ਉਹ ਉੱਥੇ ਛੇਤ 'ਤੇ ਬੈਠੀ, ਫਿਰ ਉਹ ਕਹਿੰਦਾ ਇੱਕ ਅੰਦਰ ਫਿਰ ਉਗਾਲ ਫੁੱਟਿਆ, ਕਹਿੰਦਾ ਭਾਗਵਾਨ ਨੇ ਤੈਨੂੰ ਹੁਸਨ ਸਤਾਵੇ, ਸਾਡੀ ਸਮਝ ਵਿੱਚ ਆਵੇ, ਤੈਨੂੰ ਹੁਸਨ ਨੇ ਮਾਰ ਛੱਡਿਆ, ਸਾਨੂੰ ਸਮਝ ਨੇ ਮਾਰ ਛੱਡਿਆ। ਉਸ ਰਾਹੀਂ ਕਿ ਤੁਰਪੀ ਜਿੰਦੇ ਜਿੱਥੋਂ ਲੰਘੇ ਪੂਰ ਮੁਹਾਣੇ, ਹੁਸਾ ਨਾਲੋਂ ਮਸਤੀ ਚੰਗੀ ਜਿਹੜੀ ਰੱਖਦੀ ਸਦਾ ਟਿਕਾਣੇ। ਉਹ ਸਾਰਾ ਉਸਦਾ ਕੰਮ ਕਾਰ ਜੋ ਵੀ ਹੈ ਉਸ ਨੂੰ ਕਰਨਾ ਪਿਆ। ਫਿਰ ਉਸ ਸਭ ਤੋਂ ਪਹਿਲਾਂ ਇਹ ਪਰਮਾਤਮਾ ਨੂੰ ਤਾਨਾ ਮਾਰਦਾ। ਫਿਰ ਉਹਨੇ ਕਿਹਾ, ਕਹਿੰਦਾ ਰੱਬਾ ਇਹੋ ਜਿਹੀਆਂ ਅਕਲਮੰਦ ਮੂਰਤਾਂ ਬਣਾਇਆ ਨਾ ਕਰ, ਜੇ ਬਣਾਏ ਬਗੈਰ ਰਹਿ ਨਹੀਂ ਸਕਦਾ, ਖਾਕ ਰਲਾਇਆ ਵੀ ਨਾ ਕਰ। ਫਿਰ ਕਹਿੰਦਾ ਰੱਬ ਇੱਕ ਗੁੰਝਲਦਾਰ ਬਜ਼ਾਰ ਤਾਂ, ਰੱਬ ਇੱਕ ਗੋਰਖ ਧੰਦਾ, ਪੇਚ ਇਸ ਦੇ ਖੋਲ੍ਹਣ ਲੱਗਿਆ ਕਾਫਰ ਹੋ ਜਾਏ ਬੰਦਾ। ਫਿਰ ਉਹ ਇਹ ਗੱਲਾਂ ਜੇ ਉਹਦੇ ਚੱਲ ਪਈਆਂ, ਫਿਰ ਉਹ 'ਤੇ ਸੱਟ ਲੱਗੀ ਅਤੇ ਫਿਰ ਉਸ ਕਵੀ ਸ਼ਾਇਰ ਹੋ ਗਿਆ ਸੀਗਾ। ਰੱਬ ਇੱਕ ਗੁੰਝਲਦਾਰ ਬਜ਼ਾਰ ਤਾਂ, ਰੱਬ ਇੱਕ ਗੋਰਖ ਧੰਦਾ, ਪੇਚ ਇਸ ਦੇ ਖੋਲ੍ਹਣ ਲੱਗਿਆ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਜਿਵੇਂ ਖੋਜੀ ਅਮੋਲ ਨਾ ਖੋਜੀ, ਲਾਈ ਲੱਗ ਮੋਮਨ ਕੋਲੋਂ ਖੋਜੀ ਕਾਫਰ ਚੰਗਾ। ਵੇਖ ਬਸੰਤ ਖਾਬ ਅੰਦਰ ਮੈਂ ਤੱਸੀ ਪੀੜ ਹਿਜਰ ਦੀ, ਹੰਝੂਆਂ ਦਾ ਹਰ ਝੱਟ ਪੱਟ ਆਇਆ, ਵੇਖ ਚਰੋਕੇ ਡਰ ਦੀ ਪੂੰਝ ਅਥਰੂ ਮੇਰੇ ਬੋਲੀ, ਜੋ ਰੱਬ ਕਦਮ ਚੰਗੀ ਕਿੰਜ ਮੋਹਣ, ਤੂੰ ਸ਼ਾਇਰ ਬਣਦਾ ਜੇ ਮੈਂ ਨਾ ਮਰਦਾ। ਵਿੱਚ ਸੁੱਖਾਂ ਦੇ ਦੁਨੀਆਂ ਸਾਰੀ, ਨੇੜੇ ਢੁੱਕ ਢੁੱਕ ਬਹਿੰਦੀ ਹੈ, ਪਰਖੇ ਜਾਂਦੇ ਯਾਰ ਉਹਦੇ ਜਦ ਬਾਜੀ ਪੁੱਠੀ ਪੈਂਦੀ ਹੈ। ਵਿੱਚ ਥਲਾਂ ਦੇ ਜਿਸ ਦਾ ਸੱਸੀ ਬੈਠ ਖੁਰੇ ਦੇ ਰੋਈ, ਨੱਸ ਗਿਆ ਕਦਲਾ ਰੁੜ ਕੁੜ ਜਾਣਾ, ਹੱਥ ਨਾ ਛੱਡਿਆ ਮਹਿੰਦੀ। ਹਰਕਤ ਜ਼ਿੰਦਗੀ ਖਮੋਸ਼ੀ ਮੌਤ, ਬਚਪਨ ਜਵਾਨੀ ਬੁਢੇਪਾ ਮੌਤ, ਹੈ ਜੀਵਨ ਅਦਲਾ ਬਦਲੀ ਹੋਣਾ ਰੰਗ ਬਰੰਗਾ, ਸੌ ਮੁਰਦਿਆਂ ਭਗਤਾਂ ਨਾਲ ਇੱਕ ਜਿਉਂਦਾ ਕਾਫਰ ਚੰਗਾ। ਲਾਲਾ ਤੋਂ ਜੁਗਨੂ ਸੋਹਣੇ, ਮੋਤੀ ਤੋਂ ਹੰਝੂ ਮਹਿੰਗੇ, ਸੁਰਗਾਂ 'ਤੇ ਦੋਜਕ ਚੰਗਾ, ਜਿੱਥੇ ਜੀਵਨ ਦੰਗਾ, ਜੀਵਨ ਦੁੱਖ ਵੰਡਾਉਣਾ, ਅੱਗ ਵਗਾਣੀ ਸਾੜਨਾ, ਜੀਣੇ ਦੀ ਖਾਤਰ ਮਰਨਾ, ਮਰਨੇ ਦੀ ਖਾਤਰ ਜੀਣਾ, ਜੀਵਨ ਲੈਣਾ ਖਹਿਣਾ, ਜੀਵਨ ਢਾਣਾ ਢਹਿਣਾ, ਜੀਵਨ ਤੁਰਦੇ ਰਹਿਣਾ, ਕੋਈ ਪੜਾ ਨਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਲੋਕ ਕਹਿ ਪਾਪ ਕਮਾਉਂਦਾ, ਖੁਸ਼ੀ ਆਉਂਦਾ ਦੇਖ ਕੇ ਮਾਲ ਸੰਧਾ, ਉੱਪਰ ਦੇਹੀ ਦੇ ਆਦਰ ਫਲੇਰ ਮਾਰਦਾ, ਵਿੱਚ ਇਸ ਦੇ ਭਰਦਿਆਂ ਮਾਰਦਾ। ਜਵਾਨੀ ਪਹਿਰੇ ਮੈਂ ਵੇਚ ਨਾ ਲਿਆ ਸੌਦਾ, ਬੁੱਢਾ ਹੋਏ ਤੇ ਹੋ ਜੂ ਬਾਜ਼ਾਰ ਮੰਦਾ, ਆਸਾ ਰਾਮ ਕਹਿੰਦਾ ਬੁੱਢਾ ਬਿਰਧ ਹੋ ਗਿਆ, ਵਿੱਚ ਰਿਹਾ ਆਖਰੀ ਗੋਰਖ ਧੰਦਾ। ਭਾਈ 19 ਸਾਲ ਮੈਂ ਉਤਨਾ ਸੋਚਿਆ ਤਾਂ ਸਦਾ ਨਹੀਂ ਆਰਾਮ ਦੀ ਕੜੀ ਰਹਿਣੀ, ਖਾ ਲੈ ਖਰਚ ਲੈ ਪੁੰਨ ਅਤੇ ਦਾਨ ਕਰ ਲੈ, ਦੌਲਤ ਵਿੱਚ ਜ਼ਮੀਨ ਦੇ ਪੜੀ ਰਹਿਣੀ, ਕੋਈ ਰੋਜ਼ ਤੂੰ ਸੜਕ 'ਤੇ ਸੈਰ ਕਰ ਲੈ, ਬੱਗੀ ਵਿੱਚ ਤਬੇਲੇ ਨਾ ਖੜੀ ਰਹਿਣੀ, ਆਖਰ ਉਮਰ ਦੀ ਡੋਰ ਨਾਲ ਟੁੱਟ ਜਾਣਾ ਵਾ ਗੁੱਡੀ ਜੱਗ 'ਤੇ ਸਦਾ ਨਾਲ, ਚੜ੍ਹੀ ਰਹਿਣੀ, ਆਖਰ ਐਸ ਕਲਬੂਤ ਨਾਲ ਟਹਿ ਜਾਣਾ, ਕੋਠਾ ਕੰਧ ਸਤੀਰ ਨਾਲ ਖੜੀ ਰਹਿਣੀ, ਤੇਜ਼ ਰੇਲ ਦੇ ਵਾਂਗਰਾਂ ਉਮਰ ਚੱਲਦੀ ਸਰਾ ਬਿਰਛ ਦੇ ਵਾਂਗ ਨਾਲ ਖੜੀ ਰਹਿਣੀ, ਆਖਰ ਇਸ ਦੁਪਹਿਰ ਨਾਲ ਟਲ ਜਾਣਾ, ਦੰਦ ਮੋਤੀਆਂ ਨਹੀਂ ਜੇ ਜੜੀ ਰਹਿਣੀ, ਰਹਿਣਾ ਸ਼ਹਿਰ ਦਾ ਬਾਣੀਆਂ ਨਾ ਬੱਟਾ ਸੇਰ ਨਾ ਤੱਖੜੀ ਧੜੀ ਰਹਿਣੀ, ਦਿਆ ਸਿੰਘ ਤੂੰ ਬਚਨੇ ਅਮੋਲ ਕਰ ਲੈ, ਜਿੰਦ ਨਹੀਂ ਜੇ ਫਾਰਸੀ ਪੜ੍ਹੀ ਰਹਿਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।